ਇਹ ਐ ਇਸਾ ਤਾਰੀਖੀ ਵਿਰਸੇ ਇਸ ਤਾਰੀਖੀ ਮੰਦਰ ਦੇ ਜਿਹੜੇ ਪਾਕਿਸਤਾਨ ਦੇ ਵਿੱਚ ਇਸ ਗੱਦੀ ਦੇ ਗਵੰਡੀ ਨੇ ਮਮਤਾਜ ਭਾਈ ਉਹ ਸਾਡੇ ਨਾਲ ਨੇ ਇਸ ਟਾਈਮ ਤੇ ਅਸੀਂ ਚਾਹੁੰਦੇ ਹਾਂ ਕਿ ਆਵਦੇ ਹਿੰਦੁਸਤਾਨੀ ਦਰਸ਼ਕਾਂ ਵਾਸਤੇ ਜ਼ਰਾ ਉਹਨਾਂ ਕੋਲ ਵੀ ਇਨਫਾਰਮੇਸ਼ਨ ਲਈਏ ਤੇ ਉਹਨਾਂ ਕੋਲੋਂ ਗੱਲਾਂ ਪੁੱਛੀਏ ਵੀ ਉਹਨਾਂ ਨੇ ਵੱਡਿਆਂ ਕੋਲੋਂ ਕੀ ਸੁਣਿਆ ਤੇ ਬਾਬੇ ਨਿੱਕੂ ਜੀ ਦੇ ਬਾਰੇ ਕੀ ਗੱਲ ਜਾਣਦੇ ਨੇ ਇੱਥੇ ਇਸ ਮੰਦਰ ਦੇ ਬਾਰੇ ਅਗਰ ਕੋਈ ਗੱਲ ਜਾਣਦੇ ਨੇ ਤੇ ਇਹਨਾਂ ਨਾਲ ਮਜ਼ੀਦ ਗੱਲ ਕਰਨੇ ਪਿਛਲੀ ਵੀਡੀਓ ਚ ਬਾਬਾ ਅਲਾ ਬਖਸ਼ ਨਾਲ ਤੁਹਾਡੀ ਅਸਾਂ ਮੁਲਾਕਾਤ ਕਰਾਈ ਸੀ ਉਹਨਾਂ ਗੱਲਾਂ ਸਾਨੂੰ ਦਸੀਆਂ ਸਨ ਤੇ ਬਦਕਿਸਮਤੀ ਨਾਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਦਾ ਕੋਲਾ ਟੁੱਟ ਗਿਆ ਤੇ ਉਹ ਮੰਜੀਤੇ ਨੇ ਤੇ ਉਹ ਨਹੀਂ ਆ ਸਕਦੇ ਉਨਾ ਵਾਸਤੇ ਪ੍ਰਾਰਥਨਾ ਦੀ ਤੁਹਾਨੂੰ ਗੁਜ਼ਾਰਿਸ਼ ਕਰਨੀਆਂ ਤੇ ਆਓ ਗੱਲ ਕਰਨੀਆਂ ਭਾਈ ਮਮਤਾਜ਼ ਨਾਲ ਅਸਲਾਮੁਅਲੈਕਮ ਵਾਲੇਕੁਮ ਸਲਾਮ ਭਾਈ ਮਮਤਾਜ਼ ਕੀ ਹਾਲ ਹੈ ਠੀਕ ਠੀਕ ਠਾਕ ਅੱਲਾਹ ਦੀ ਤਰਫੀ ਦੁਆਇਆਂ ਤੁਸੀਂ ਇਸ ਮੰਦਰ ਦੇ ਗਵਾਂਢੀ ਜੀ ਜੀ ਗਵਾਂਢੀ ਆ ਤੁਹਾਡਾ ਘਰ ਕਿੱਥੇ ਆ ਇਹ ਨਾਲ ਹੀ ਮੇਰਾ ਘਰ ਹੈ ਭਾਈ ਮਮਤਾਜ਼ ਦਾ ਘਰ ਵੀ ਖਾਓ ਜੀ ਇਹ ਭਾਈ ਮਮਤਾਜ਼ ਦਾ ਘਰ ਹੈ ਜੀ ਜਿਹੜਾ ਪਾਕਿਸਤਾਨ ਦੇ ਵਿੱਚ ਇਸ ਸਮੁੰਦਰ ਦੇ ਨੇੜੇ ਬਾਈ ਮਮਤਾਜ਼ ਗਵੰਡੀ ਨੇ ਮਮਤਾਜ਼ ਤੁਸੀਂ ਇਹ ਦੱਸੋ ਕਿ ਇਹ ਜਿਹੜੀ ਅੱਗੇ ਅਸੀਂ ਆਪਦੇ ਦਰਸ਼ਕਾਂ ਨੂੰ ਵਿਖਾਈਏ ਬਾਬੇ ਨਿੱਕੂ ਦੀ ਢੇਰੀ ਇੱਥੇ ਮਸ਼ਹੂਰ ਹੈ ਇਹ ਬਾਬਾ ਨਿੱਕੂ ਕੌਣ ਸਨ ਤੇ ਇਹਨਾਂ ਦਾ ਕੀ ਤੱਲਕ ਹੈ ਤੇ ਇਹਨਾਂ ਦੀ ਕਿਵੇਂ ਢੇਰੀ ਕਿਉਂਕਿ ਇੰਡੀਆ ਵਿੱਚ ਨਾ ਸਾਡੇ ਕੁਝ ਵੀਰਾਂ ਨੇ ਸਾਨੂੰ ਵੀਡੀਓ ਸੈਂਡ ਕੀਤੀਆਂ ਨੇ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਸਾਨੂੰ ਬਾਬੇ ਨਿੱਕੂ ਦੀ ਢੇਰੀ ਵਿਖਾਈ ਹੈ ਇੰਡੀਆ 'ਚ ਜਿਹੜੀ ਉਹਨਾਂ ਸਾਹਮਣੇ ਰੱਖੀ ਹੈ ਠੀਕ ਤੇ ਤੁਸੀਂ ਇਹਦੇ ਬਾਰੇ ਕੋਈ ਗੱਲ ਦੱਸੋ ਇਹ ਸਾਨੂੰ ਇਹਦਾ ਪਤਾ ਹੈ ਵੀ ਇਹ ਬਾਬਾ ਨਿਕੂ ਇੰਨੇ ਰਹਿੰਦਾ ਇੰਨਾ ਚ ਹਿੰਦੂਆ ਚ ਰਹਿੰਦਾ ਹਿੰਦੂਆ ਹੀ ਰਹਿੰਦਾ ਇਹ ਮੁਸਲਮਾਨ ਆ ਅੱਛਾ ਤੇ ਇਹਨਾਂ ਨਾਲ ਡੇਰ ਮੁਹੱਬਤ ਆ ਤੇ ਇਹ ਦੋਸਤ ਇਹਨਾਂ ਦਾ ਹਾ ਪੀਰ ਦਾ ਅੱਛਾ ਇਹਨਾਂ ਦਾ ਦੋਸਤ ਆ ਹਾਂ ਪੀਰਾਂ ਦਾ ਦੋਸਤ ਆ ਠੀਕ ਹੋ ਗਿਆ ਤੇ ਜਿਸ ਵੇਲੇ ਮਰਿਆ ਨਾ ਇਹਨ ਮੋੜੇ ਨਾਲ ਅੱਗ ਲਾਈ ਠੀਕ ਹੈ ਤੇ ਅੱਗੇ ਨੂੰ ਨਾ ਲੱਗੀ ਹਿੰਦੂਆ ਨੇ ਜਿਵੇਂ ਚਿਤਾ ਨੂੰ ਅੱਗ ਦੇ ਦਿੰਦੇ ਨੇ ਉਹਨਾਂ ਅੱਗ ਦਿੱਤੀ ਤੇ ਅੱਗ ਬਾਬੇ ਨੂੰ ਨਾ ਲੱਗੀ ਅੱਗ ਨਾ ਲੱਗੀ ਫੇਰ ਇਹਨਾਂ ਜਿਹੜਾ ਨਾ ਇਸ ਜਗ੍ਹਾ ਤੇ ਫਾਣਾ ਠੀਕ ਹੈ ਉੱਥੇ ਬਾਜ ਨੇ ਇਹਨੂੰ ਦਫਨ ਕੀਤਾ ਤੇ ਇਸ ਸਾਈਡ ਤੇ ਇੱਥੇ ਅੱਗ ਲਾਈ ਇਹਨੂੰ ਅੱਗ ਜਿਸ ਵਕਤ ਨਾ ਲੱਗੀ ਨਾ ਉਸ ਵੇਲੇ ਇਹਨਾਂ ਦੇ ਦਫਨ ਖੜ ਦਿੱਤਾ ਅੱਛਾ ਅੱਗ ਕਿਹੜੀ ਜਗ੍ਹਾ ਤੇ ਲਾਈ ਸੀ ਬਾਬੇ ਨਿੱਕੂ ਨੇ ਇਸ ਸਾਈਡ ਤੇ ਲਾਈ ਆਨੇ ਇੱਥੇ ਖੜ ਤੇ ਅੱਛਾ ਨਾਲੇ ਦੇ ਨਾਲ ਅੱਛਾ ਨਾਲੇ ਦੇ ਨਾਲ ਸਾਹਮਣੇ ਜਿਹੜਾ ਖਜੂਰ ਦਾ ਦਰਖਤ ਹੈ ਜੀ ਅੱਛਾ ਇੱਥੇ ਅੱਗ ਲਾਈ ਇਹ ਖੰਬੇ ਦੇ ਕੋਲ ਤੇ ਬਾਬੇ ਨਿੱਕੂ ਨੂੰ ਅੱਗ ਨਾ ਲੱਗੀ ਜੀ ਤੇ ਫਿਰ ਬਾਬੇ ਨਿੱਕੂ ਨੂੰ ਉਹਨਾਂ ਨੇ ਇੱਥੇ ਦਫ਼ਨ ਕਰ ਦਿੱਤਾ ਮੁਸਲਮਾਨੀ ਤਰੀਕੇ ਨਾਲ ਮੁਸਲਮਾਨੀ ਤਰੀਕੇ ਨਾਲ ਅੱਛਾ ਬਜ਼ੁਰਗਾਂ ਕੋਲੋਂ ਕੋਈ ਇਹ ਸੁਣਿਆ ਮਮਤਾਜ਼ ਕੇ ਬਾਬੇ ਨਿੱਕੂ ਦਾ ਜਨਾਜ਼ਾ ਹੋਇਆ ਜਾਂ ਵੈਸੇ ਹੀ ਦਫ਼ਨ ਕਰ ਦਿੱਤਾ ਇਹਨਾਂ ਵੈਸੇ ਹੀ ਦਫ਼ਨ ਕੀਤਾ ਹੈ ਅੱਛਾ ਵੈਸੇ ਦਫ਼ਨ ਕਰ ਦਿੱਤਾ ਵੈਸੇ ਬੇਲੀ ਇਹਨਾਂ ਦਾ ਸੀ ਇਹਨਾਂ ਨਾਲ ਢੇਰ ਰਹਿੰਦਾ ਸੀ ਪੀਰਾਂ ਦਾ ਬੇਲੀ ਸੀ ਤੇ ਉਹਨੂੰ ਮਰਨ ਤੋਂ ਬਾਅਦ ਉਹਦੀ ਚਿਤਾ ਬਣਾਈ ਗਈ ਤੇ ਉਹਨੂੰ ਅੱਗ ਨਾ ਲੱਗੀ ਨਾ ਲੱਗੀ ਤੇ ਇੱਥੇ ਦਫ਼ਨ ਕਰ ਦਿੱਤਾ ਇਹ ਦਫ਼ਨ ਕਰ ਦਿੱਤਾ ਅੱਛਾ ਬਾਬੇ ਨਿੱਕੂ ਨੂੰ ਇਹਨਾਂ ਦਾ ਜ਼ੋਰ ਆਈ ਨਾ ਕਿ ਉਹ ਇਹ ਨਾ ਕਿ ਭਈ ਇਹ ਸਾਡਾ ਠੀਕ ਹੈ ਇਹ ਆਂਦੇ ਸਾਡਾ ਤੇ ਹਾਈ ਉਹ ਮੁਸਲਮਾਨ ਜਿਸ ਵਕਤ ਅਗ ਨਾ ਲਗੀ ਉਸਨੇ ਦਫਨ ਕਰ ਦਿੱਤਾ ਠੀਕ ਹੋ ਗਿਆ ਇਹ ਬਾਬੇ ਨਿੱਕੂ ਦੀ ਢੇਰੀ ਇਹ ਆ ਅੱਗੇ ਜਿਹੜੀ ਤੁਹਾਨੂੰ ਅਸੀਂ ਵਿਖਾਈਏ ਸਾਰੇ ਦਰਸ਼ਕਾਂ ਨੂੰ ਬਾਬੇ ਨਿੱਕੂ ਦੀ ਢੇਰੀ ਉਹ ਹੈ ਅੱਛਾ ਇਸ ਮੰਦਿਰ ਬਾਰੇ ਕੋਈ ਹੋਰ ਗੱਲ ਤੁਸੀਂ ਜਾਣਦੇ ਹੋ ਕੋਈ ਗੱਲਬਾਤ ਜਾਂ ਕੋਈ ਕੋਈ ਤੁਹਾਨੂੰ ਬਜ਼ੁਰਗਾਂ ਨੇ ਦੱਸੀ ਹੋਵੇ ਕੋਈ ਤਾਰੀਖੀ ਗੱਲ ਕੋਈ ਤਾਰੀਖੀ ਗੱਲ ਇਹਦੀ ਹੈ ਭਈ ਇਹਦਾ ਜਿਹੜਾ ਲੰਗਰ ਚੱਲਦਾ ਈ ਨਾ ਉਹ ਵੀ ਲੰਗਰ ਇਹਦਾ ਸਾਲ ਪੂਰਾ ਚੱਲਦਾ ਈ ਇੱਥੇ ਜਨਰ ਹੁੰਦਾ ਈ ਉਹ ਦੋ ਤੇ ਬੋਰੀ ਸਵੇਰ ਪੀਂਦੇ ਆਂ ਬੋਰੀ ਸ਼ਾਮ ਨੂੰ ਪੀਂਦੇ ਆਂ ਪੂਰਾ ਸਾਲ ਲੰਗਰ ਚੱਲਦਾ ਸਾਲ ਪੂਰਾ ਲੰਗਰ ਚੱਲਦਾ ਹੈ ਅੱਛਾ ਬੋਰੀ ਕਣਕ ਦੀ ਸਵੇਰ ਤੇ ਬੋਰੀ ਸ਼ਾਮ ਨੂੰ ਦੰਦਾਂ ਤੇ ਉਹ ਪੀਂਦੇ ਆਂ ਉਸ ਵਕਤ ਠੀਕ ਹੈ ਦੰਦਾਂ ਤੇ ਦੰਦਾਂ ਤੇ ਯਾਨੀ ਕਿ ਬੈਲ ਗਾੜੀ ਬੈਲ ਜਿਹੜੇ ਹੁੰਦੇ ਨੇ ਉਹ ਆਂਗੋ ਚੱਕਰ ਬਣੇ ਹੁੰਦਾ ਤਲੇ ਪੁੱੜਾਂ ਦੇ ਪੀਂਦੇ ਆਂ ਠੀਕ ਹੈ ਤੇ ਪੂਰਾ ਸਾਲ ਪਹਿਲੇ ਦਿੰਦੇ ਆਂ ਕਾਂ ਕੁੱਤੇ ਮੁਸਲਮਾਨਾਂ ਨੂੰ ਉਹਦੇ ਤੋਂ ਬਾਅਦ ਉਹ ਆਪਣੇ ਆਂ ਦਿੰਦੇ ਆਂ ਠੀਕ ਉਹ ਗਾਇਦਾ ਇਥੇ ਮੇਲਾ ਲੱਗਦਾ ਏ ਤੇ ਇਹ ਸਿਆਲ ਜਿਹੜੇ ਨੇ ਮੇਲਾ ਲਵੈਂਦੇ ਹਨ ਖਰਚਾ ਉਹਨਾਂ ਦੋਂਦਾ ਹਿੰਦੂਆਂ ਦਾ ਠੀਕ ਹੈ ਤੇ ਪੈਸੇ ਇਹ ਭਰੈਂਦੇ ਹਨ ਅੱਛਾ ਹਾਂ ਮੁੜੇ ਇਹ ਖੇਡ ਜਿਹੜੀ ਨਾ ਸਾਡੋ ਬਿਰਾਦਰੀ ਦਾ ਬੰਦਾ ਠੀਕ ਹੈ ਜਿਸ ਵੇਲੇ ਖੇਡ ਪਈ ਤੇ ਉਸ ਸਿਆਲਾਂ ਦੀ ਖੇਡ ਹਾਰ ਗਈ ਜੀ ਉਹ ਬੰਦਾ ਮੋਢਾਂ ਖਾਰੀ ਵੇਚ ਕੇ ਆਇਆ ਪੈਦਲ ਉਸ ਆਖਿਆ ਮੈਨੂੰ ਤਾਂ ਭੁੱਖ ਲੱਗੀ ਏ ਜਿਸ ਵੇਲੇ ਉਸ ਨੂੰ ਮੋਢਾ ਜਾ ਆਇਆ ਤੇ ਉਹ ਮੁੱਖ ਬੰਨਾ ਉਸ ਗੱਭਰੂ ਨੂੰ ਮੋਕ ਮਾਰੀ ਤੇ ਢਾਕੇ ਤੇ ਉਸ ਵੇਲੇ ਉਹਦੀ ਬੱਲੇ ਬੱਲੇ ਹੋ ਗਈ ਸਿਆਲਾਂ ਦਾ ਪੇੜ ਬਣ ਗਿਆ ਠੀਕ ਇਸ ਦੀ ਬੜੀ ਹਿਸਟਰੀ ਹੈ ਯਾਨੀ ਇਹ ਪੂਰਾ ਸਾਲ ਹੀ ਚੱਲਦਾ ਅੱਛਾ ਮੇਲਾ ਮੇਲਾ ਪੂਰਾ ਸਾਲ ਲੱਗਦਾ ਨਹੀਂ ਮੇਲਾ ਤਾਂ ਲੱਗਦਾ ਸਾਲ ਬਾਅਦ ਪਰ ਲੰਗਰ ਇਹਦਾ ਪੂਰਾ ਸਾਲ ਚੱਲਦਾ ਅੱਛਾ ਲੰਗਰ ਪੂਰਾ ਸਾਲ ਚੱਲਦਾ ਇੰਡੀਆ ਦੇ ਵਿੱਚ ਹੁਣ ਵੀ ਇਹ ਗੱਦੀ ਜਿਹੜੀ ਹੈ ਨਾ ਉੱਥੇ ਮੌਜੂਦ ਦੇ ਉੱਥੋਂ ਦੇ ਮੌਜੂਦਾ ਮਹਾਂਤ ਵੀ ਹੈ ਸਾਡੇ ਇੱਕ ਭਰਾ ਨੇ ਸ਼ੰਕਰਵੀਰ ਜੀ ਜਿਹੜੇ ਇੰਡੀਆ ਦੇ Hindu ਭਰਾ ਨੇ ਉਹਨਾਂ ਨੇ ਸਾਨੂੰ ਸਾਰੀ ਇਹਦੀ ਗੱਲ ਗੱਲਬਾਤ ਦੱਸੀ ਹੈ ਉਹਨਾਂ ਆਪਦੇ ਚੈਨਲ ਤੇ ਸਾਡੀ ਵੀਡੀਓ ਸ਼ੇਅਰ ਵੀ ਕੀਤੀ ਹੈ ਅੱਛਾ ਤੁਸੀਂ ਇਹ ਦੱਸੋ ਕਿ ਇਹ ਗੱਲ ਇੱਥੇ ਵੀ ਮਸ਼ਹੂਰ ਹੈ ਇੰਡੀਆ 'ਚ ਤੇ ਗੱਲ ਮਸ਼ਹੂਰ ਹੈ ਕਿ ਮੇਲਾ ਮਸਣ ਦਾ ਨਾ ਪੁੱਛਣ ਦਾ ਨਾ ਦੱਸਣ ਦਾ ਜੀ ਇੰਡੀਆ 'ਚ ਇਹ ਗੱਲ ਮਸ਼ਹੂਰ ਹੈ ਸਾਡੇ ਸ਼ੰਕਰ ਪ੍ਰਾਨ ਨੇ ਸਾਨੂੰ ਦੱਸਿਆ ਬਜ਼ੁਰਗਾਂ ਕਰੋ ਵਾਕਈ ਤੁਸੀਂ ਮੇਲੇ ਦੇ ਬਾਰੇ ਇਹੋ ਕੋਈ ਸੁਣਿਆ ਕਿ ਇੱਥੇ ਬਹੁਤ ਰਸ਼ ਹੁੰਦਾ ਸੀ ਇੱਥੇ ਜਿਹੜੀ ਦਿੱਲੀ ਆਈ ਨਾ ਇਨਾਂ ਦੀ ਜੀ ਬੜੇ ਸ਼ਗੀਰ ਪਾਕ ਉਹ ਹਿੰਦ ਜਿਸ ਵਕਤ ਇਕੱਠਾ ਆਈ ਜੀ ਜੀ ਦਿੱਲੀ ਤੋਂ ਇਨਾਂ ਦੀ ਇੱਕ ਕਿਰਾੜੀ ਆਉਂਦੀ ਆ ਇੱਥੇ ਸ਼ੀਸ਼ ਮਹਾਲ ਤੇ ਉਹ ਬੰਦੀ ਆ ਠੀਕ ਹੈ ਬਕਾਇਦਾ ਜਿਹੜਾ ਨਾ ਉਹ ਹਿੰਦੂ ਸੜੇ ਨਾ ਨਾ ਤੂੰ ਆਂਦੀ ਤੂੰ ਸੱਡਦੇ ਕਿਉਂ ਮੈਨੂੰ ਅੱਲਾ ਪਾਕ ਨੇ ਹੁ ਤੇ ਉਹ ਸਾਰੇ ਮੁਸਲਮਾਨ ਉਹਨੂੰ ਵੇਂਦੇ ਆਂ ਬਾਜ਼ਾਰ ਲੱਗੇ ਹੁੰਦੇ ਆਂ ਬੜਾ ਸੱਜੇ ਹੁੰਦਾ ਹੁਣ ਮੁਲਕੀ ਹੈ ਵੈਰਾਨ ਨੇ ਬਸਦਿਆਂ ਦੇ ਘਰ ਟੁਰ ਗਿਆਂ ਤੇ ਖੋਲੇ ਆਹਾ ਬੜੀ ਗੱਲ ਕੀਤੀ ਜੀ ਘਰ ਟੁਰ ਗਿਆਂ ਤੇ ਖੋਲੇ ਪਰਦੇਸੀ ਹੋ ਗਏ ਇੱਥੋਂ ਦੇ ਪੁਜਾਰੀ ਇੱਥੋਂ ਦੇ ਉਹ ਲੋਗ ਵਤਨ ਤੋਂ ਬੇਵਤਨ ਹੋ ਗਏ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਨਾ ਉਹ ਅੱਜ ਵੀ ਖਲੀਆਂ ਮਮਤਾਜ਼ ਕੀ ਦਿਲ ਕਰਦਾ ਅਗਰ ਉਹਨਾਂ ਤੇ ਉਹਨਾਂ ਦਾ ਕਿਵੇਂ استقبال ਕਰੋਗੇ ਤੇ ਦਿਲ ਕਰਦਾ ਉਹ ਹੁਣ ਇੱਕ ਵਾਰੀ ਇੱਥੇ ਮਿਲਣ ਤੁਹਾਨੂੰ ਪਤਾ ਕੀ ਉਹ ਉਹਨਾਂ ਦੀ ਇਬਾਦਤ ਦਾ ਜੀ ਉਹ ਉਹ ਅੱਗੇ ਜਦੋਂ ਆਇਆ ਨਾ 2002 ਵਿੱਚ ਜੀ ਤਾਂ ਸਾਡੀ ਪੁਲਸਾਂ ਨੇ ਵੀ ਇਹਨਾਂ ਦਾ ਬਕਾਇਦਾ ਉਹਨਾਂ ਦਾ ਦਿਫਾਅ ਕੀਤਾ ਹੈ ਯਾਨੀ 18 ਗੱਡੀਆਂ ਪੁਲਸ ਦੀ ਮੈਂ ਆਪ ਗਿਣੀਆਂ ਠੀਕ ਹੈ ਜਦੋਂ ਵਾਗਾ ਬਾਰਡਰ ਨੂੰ ਪਾਸ ਕੀਤਾ ਮੁਲ شیخوਪੁਰੇ ਲਾਹੌਰ ਇਹ ਯਾਨੀ ਕਸੂਰ ਤੇ ਫੈਸਲਾਬਾਦ ਇਹ ਨਨਕਾਣੇ ਸਭੇ ਸਾਰੇ ਮੋੜ ਕੇ ਜਦੋਂ ਇੱਥੇ ਆਇਆ ਨਾ ਮੋੜ ਕੋਟ ਛਾਕਰ ਗਏ ਮੋੜ ਮਲਵਾਨ ਗਏ ਸ਼ੋਰ ਕੋਟ ਗਏ ਬਾਗੀ ਗਏ ਜੰਗ ਫਿਰੇ ਐਂਡ ਆਖਰੀ ਇੱਥੇ ਮੁੱਕਿਆ ਤੇ ਇੱਥੋਂ ਦੇ ਵੇਖ ਕੇ ਵਾਪਸੀ ਗਏ ਬੜੀ ਮਿਹਰਬਾਨੀ ਮਮਤਾਜ਼ ਬਹੁਤ ਸ਼ੁਕਰੀਆ ਠੀਕ ਹੈ ਇਹ ਜੀ ਮਮਤਾਜ਼ ਭਾਈ ਸਾਹਿਬ ਇਸ ਸਥਾਨ ਦੇ ਗਵੰਡੀ ਜਿਹੜਾ ਪਾਕਿਸਤਾਨ ਦੇ ਵਿੱਚ ਤਾਰੀਖੀ ਵਿਰਸਾ ਤਾਰੀਖੀ ਮੰਦਰ ਮੌਜੂਦ ਹੈ ਹਿੰਦੂ ਭਰਾਵਾਂ ਦਾ ਉਹਨਾਂ ਨਾਲ ਗੱਲਬਾਤ ਕੀਤੀ ਇਹ ਮਮਤਾਜ਼ ਭਾਈ ਮੰਦਰ ਦੇ ਗਵੰਡੀ ਸਾਹਿਬ